ਆ ਜਾ ਚੱਲ ਆ ਕੋਈ ਲਾਈਨ ਲਓ ਜੀ ਇਹ ਇੱਕ ਲਾਈਨ ਖੀਰੇ ਦੀ ਸੈਂਟਰ ਵਾਲੀ ਉਹ ਪਾਸੇ ਵਾਲੀ ਕਰੇਲੇ ਦੀ ਸੀਡ ਲਾਇਆ ਅਤੇ ਉੱਤੇ ਬਲ ਅਤੇ ਥੀਮਟ ਜਿਹੜੀ ਹੈ ਨਜ਼ਹਿਰ ਉਹ ਉੱਤੇ ਪਵਾ ਰਹੇ ਹੋ। ਚੱਲ ਮੈਂ ਪਰ ਪੁੱਤਰ ਅੱਗੇ ਲੈ ਛੱਡੇ ਵੜ ਜਾ। ਠੀਕ ਹੈ ਜੀ ਇਹ ਬੀਜ ਲਾ ਕੇ ਕੋਨੇ ਵਾਲੀ ਲਾਈਨ ਕਰੇਲੇ ਦੀ ਵਿਚਲੀ ਲਾਈਨ ਖੀਰੇ ਦੀ ਥੱਲੇ ਬੀਜ ਰੱਖਿਆ, ਬੀਜ ਰੱਖ ਕੇ ਉੱਤੇ ਥੀਮਟ ਪਵਾ ਦਿੱਤਾ। ਇਹ ਲੇਬਰ ਲੱਗੀ ਹੋਈ ਹੈ। ਇਹ ਜਨਾਬ ਮੇਰਾ ਅਮਰੂਦ ਦਾ ਬਾਗ ਹੈ, ਉਹ ਸਾਹਮਣਾ ਬਾਂਸ ਹੈ। ਠੀਕ ਹੈ ਇਹ ਜਨਾਬ ਜਿਹੜੀ ਲੇਬਰ ਵੜ ਕੇ ਵੇ ਛਾਪਰ ਨਾ ਫਾੜੋ ਮੇਰਾ ਪੁੱਤਰ, ਇਹ ਸੀਡ ਦੇ ਉੱਤੇ ਜਿਹੜਾ ਉਹ ਰੱਖ ਰਹੇ ਨੇ। ਇਹ ਜਨਾਬ ਅਮਰੂਦ ਹੈ 11 ਫੁੱਟ ਅਤੇ ਅਮਰੂਦ ਅੱਗੇ ਮਿੱਠਾ ਅਤੇ ਵਿੱਚੋਂ ਗੈਪ ਹੈ, ਗੈਪ 'ਤੇ ਇੱਕ ਸ਼ੈੱਡ ਜਿਹੜਾ ਉਹ ਖੀਰਾ ਕਰੇਲੇ ਲੱਗ ਗਿਆ ਅਗਲੇ 'ਚ, ਅਤੇ ਇਹ ਨਾਲੀ ਨਾਲ ਇਹ ਛਾਪਰ ਦੇ ਵਾਇਰ ਨਾਲ ਜ਼ਿਆਦਾ ਸੀ, ਇੱਥੇ ਸੀਡ ਨਾਲ ਗੋਭੀ ਲਾ ਰਹੇ ਹਾਂ। ਇਹ ਜਿਹੜਾ ਮਿੱਠਾ ਅਤੇ ਮਿੱਠਾ 22 ਫੁੱਟ ਮਿੱਠਾ ਤੋਂ ਅਮਰੂਦ 11 ਫੁੱਟ 22 ਫੁੱਟ ਅਤੇ ਸ਼ੈੱਡ ਸ਼ੈੱਡ ਤੋਂ ਬਾਅਦ ਇਹ ਨਾਲੀ ਇਸ 'ਤੇ ਗੋਭੀ ਦਾ ਸੀਡ ਲਾ ਰਹੇ ਹਾਂ। ਅਤੇ ਇਹ ਜਨਾਬ ਅਸੀਂ ਵਰਕ ਅੱਜ ਕਰ ਰਹੇ ਹਾਂ, ਸੀਡ ਲਾਇਆ, ਸੀਡ ਲਾ ਕੇ ਉੱਤੇ ਥੀਮਟ ਜ਼ਹਿਰ ਬਾਲੇ 'ਚ ਰਲਾ ਕੇ ਅਤੇ ਉਹ ਪਾ ਰਹੇ ਹਾਂ। ਇਹ ਜਨਾਬ ਮੋਟਰ ਹੈ ਸਾਡੀ ਦੂਸਰੀ, ਅਤੇ ਇਹ ਫਾਰਮੈਂਟਲ ਬਣਾਇਆ, ਇਹਦੇ ਗੋਬਰ ਸ਼ਿਫਟ ਕਰ ਰਹੇ ਹਾਂ। ਗੋਬਰ ਜਦੋਂ ਇਹ ਫਾਰਮੈਂਟਲ ਤਿਆਰ ਹੋਵੇਗਾ ਅਤੇ ਫਿਰ ਜਨਾਬ ਇੱਥੋਂ ਇਹਨੂੰ ਮਿਕਸ ਕਰਕੇ ਅਤੇ ਇਹਨੂੰ ਸਰਾਬ ਕਰ ਦਿਆਂਗੇ। ਲਓ ਜੀ।